ਸਤਿ ਸ਼੍ਰੀ ਅਕਾਲ ਪੰਜਾਬੀਓ। ਆਪਾਂ ਇੱਕ ਕੱਲ੍ਹ ਵਾਲੇ ਫਰੀਦਕੋਟ ਜਿਹੜਾ ਜਸਪਾਲ ਨੂੰ ਇਨਸਾਫ ਦਿਵਾਉਣ ਦੇ ਲਈ ਵੱਡਾ ਇੱਕ ਇਕੱਠ ਜਿਹੜਾ ਵੱਖ ਵੱਖ ਜਥੇਬੰਦੀਆਂ ਵੱਲੋਂ ਰੱਖਿਆ ਗਿਆ ਸੀ, ਉਹਦੇ 'ਚ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚੋਂ ਸ਼ਮੂਲੀਅਤ ਕੀਤੀ ਲੋਕਾਂ ਨੇ, ਨੌਜਵਾਨਾਂ ਨੇ, ਤੇ ਲਗਾਤਾਰ ਆਪਾਂ ਪਿਛਲੀ 19 ਤਰੀਕ ਤੋਂ ਲੈ ਕੇ 29 ਹੋ ਗਈ ਆ, 10 ਦਿਨ ਆਪਾਂ ਹੋ ਗਏ ਆ ਜਿਹੜਾ ਸੰਘਰਸ਼ ਚੱਲ ਰਿਹਾ। ਜਸਪਾਲ ਦੀ ਲਾਸ਼ ਨਹੀਂ ਹਾਲੇ ਲੱਭ ਰਹੀ, ਜਿਹੜੇ ਪੁਲਿਸ ਵਾਲੇ ਹੋਰ ਰਹਿੰਦੇ ਨੇ ਉਹ ਨਾਮਜ਼ਦ ਨਹੀਂ ਹੋ ਰਹੇ, ਅਤੇ ਜਾਂ ਹੋਰ ਵੀ ਜਿੰਨੀਆਂ ਉਸ ਕੇਸ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਨੇ ਉਹ ਹਲੇ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਦੋਸਤੋ, ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਿਆ, ਮੈਂ ਇਹ ਚਾਹੁੰਦਾ ਨਹੀਂ ਸੀ ਕਿ ਮੈਂ ਗੱਲ ਕਰਾਂ, ਮੈਨੂੰ ਇਹ ਸੀ ਕਿ ਸੰਘਰਸ਼ ਆ ਜਿਹੜਾ, ਜਦੋਂ ਇਹੋ ਜਿਹੀਆਂ ਗੱਲਾਂ ਬਾਤਾਂ ਸੰਘਰਸ਼ਾਂ ਦੇ ਵਿੱਚ ਆਉਂਦੀਆਂ ਨੇ ਤਾਂ ਸੰਘਰਸ਼ ਜਿਹੜੇ ਉਹ ਰੁਲ ਜਾਂਦੇ ਨੇ, ਸੰਘਰਸ਼ ਫੇਲ ਹੋ ਜਾਂਦੇ ਨੇ, ਸੰਘਰਸ਼ ਜਿਹੜੇ ਤਾਰ ਪਿੰਡੋ ਹੋ ਜਾਂਦੇ ਨੇ। ਪਰ ਮੈਂ ਕਿਉਂ ਕਰਨ ਲੱਗਿਆ, ਮੈਂ ਤੁਹਾਨੂੰ ਕਾਰਨ ਦੱਸ ਦਿੰਦਾ ਕਿ ਕੱਲ੍ਹ 29 ਤਰੀਕ ਨੂੰ ਜਿਹੜਾ ਇਕੱਠ ਰੱਖਿਆ ਗਿਆ ਸੀਗਾ ਉਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ। ਕੱਲ੍ਹ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਉਹ ਜਲੰਧਰ ਤੋਂ, ਗੁਰਦਾਸਪੁਰ ਤੋਂ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਮੈਨੂੰ ਲੱਗਦਾ ਕੋਈ ਜ਼ਿਲ੍ਹਾ ਹੀ ਨਹੀਂ ਹੋਣਾ ਜਿੱਥੋਂ ਨੌਜਵਾਨ ਨਾ ਆਏ, ਤਾਂ ਉਹਨਾਂ ਨੌਜਵਾਨਾਂ ਨੂੰ ਆਪਣਾ ਸੁਨੇਹਾ ਸੀਗਾ ਇੱਕ ਇਸ ਸੋਸ਼ਲ ਮੀਡੀਆ ਦੇ ਰਾਹੀਂ ਕਿ 29 ਤਰੀਕ ਨੂੰ ਆਪਾਂ ਵੱਡਾ ਇਕੱਠ ਰੱਖਣਾ ਅਤੇ ਵੱਡਾ ਇਕੱਠ ਕਰਕੇ ਇੱਕ ਮਾਰਚ ਆ ਜਿਹੜਾ ਉਹ ਕਿੱਕੀ ਢਿੱਲੋਂ ਦੀ ਜਿਹੜੀ ਕੋਠੀ ਆ ਉੱਧਰ ਨੂੰ ਲੈ ਕੇ ਜਾਣਾ। ਉੱਥੇ ਦੋਸਤੋ ਕੀ ਹੁੰਦਾ ਕਿ ਪਰਸੋਂ ਇੱਕ ਐਕਸ਼ਨ ਕਮੇਟੀ ਦੀ ਮੀਟਿੰਗ ਹੁੰਦੀ ਹੈ, ਮੈਂ ਵੀ ਇੱਕ ਐਕਸ਼ਨ ਕਮੇਟੀ ਮੈਂਬਰ ਸੀ, ਪਰਿਵਾਰ ਦੇ ਮੈਂਬਰ ਵੀ ਸੀ, ਸਾਰੀਆਂ ਜਥੇਬੰਦੀਆਂ ਦੇ ਮੈਂਬਰ ਸੀ। ਉਸ ਕਮੇਟੀ ਦੇ ਵਿੱਚ ਤੈਅ ਹੋ ਜਾਂਦਾ ਕਿ ਕੱਲ੍ਹ ਨੂੰ ਰੈਲੀ ਕਰਨ ਤੋਂ ਬਾਅਦ ਆਪਾਂ ਜਿਹੜਾ ਮਾਰਚ ਆ ਇੱਥੋਂ ਬਣਿਆ ਬਣਾਇਆ ਉਹ ਲੈ ਕੇ ਜਾਣਾ ਹੈ ਕਿੱਕੀ ਦੇ ਘਰ ਵੱਲ। ਦੋ ਵਾਰੀ ਸਟੇਟ ਤੋਂ ਬੁਲਾਰੇ ਵੱਲੋਂ ਬੋਲ ਦਿੱਤਾ ਗਿਆ, ਸਟੇਟ ਸੈਕਟਰੀ ਵੱਲੋਂ ਵੀ, ਭਾਈ 3 ਵਜੇ ਦੇ ਕਰੀਬ ਆਪਾਂ ਉੱਧਰ ਨੂੰ ਲੈ ਕੇ ਚੱਲਾਂਗੇ। 3 ਵਜੇ ਆ ਕੇ ਐਕਸ਼ਨ ਕਮੇਟੀ ਨੇ ਫੈਸਲਾ ਕਰ ਲਿਆ, ਕਹਿੰਦੇ ਵੀ ਅਸੀਂ ਤਾਂ ਜਾਣਾ ਨਹੀਂ, ਜਿਹਨੇ ਜਾਣਾ ਉਹ ਬਗਜੋ। ਚਲੋ, ਉੱਥੇ ਨੌਜਵਾਨਾਂ ਨੇ ਇਹ ਮੰਗ ਉਠਾਤੀ ਵੀ ਆਪਾਂ ਤਾਂ ਮਾਰਚ ਕਰਨਾ ਹੀ ਕਰਨਾ। ਜਦੋਂ ਮੈਂ ਐਕਸ਼ਨ ਕਮੇਟੀ ਨਾਲ ਗੱਲ ਕੀਤੀ, ਮੈਂ ਕਿਹਾ ਵੀ ਕਾਰਨ ਕਿਉਂ ਨਹੀਂ ਦੇ ਰਹੇ, ਕਾਰਨ ਕੀ ਆ? ਤਾਂ ਉਹ ਕਹਿੰਦੇ ਵੀ ਸਾਨੂੰ ਡਰ ਹੈ ਵੀ ਜਿਹੜੇ ਆਹ ਹੁੱਲੜਬਾਜ ਇਕੱਠੇ ਹੋਏ ਨੇ ਇਹ ਕੋਈ ਨੁਕਸਾਨ ਕਰਨਗੇ, ਕੁਛ ਭੰਨ ਤੋੜ ਕਰ, ਫਿਰ ਜੁੜ ਗਿਆ। ਸੋ ਇਹ ਪਰਿਵਾਰ ਨੂੰ ਕਹਿੰਦੇ ਜਾਂ ਤਾਂ ਲੱਖੇ ਨਾਲ ਖੜ ਜਾਓ ਅਤੇ ਜਾਂ ਸਾਡੇ ਨਾਲ ਖੜ ਜਾਓ। ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਮੇਟੀ ਵਾਲਿਆਂ ਨੂੰ ਕਿ ਆਹੀ ਤੁਹਾਡਾ ਇਨਸਾਫ ਹੈ? ਆਹੀ ਤੁਹਾਡਾ ਉਸ ਜਸਪਾਲ ਨਾਲ ਤੁਹਾਡੀ ਹਮਦਰਦੀ ਆ, ਉਸ ਪਰਿਵਾਰ ਨਾਲ ਹਮਦਰਦੀ ਹੈ? ਆਹ ਤੁਸੀਂ ਕਹਿੰਦੇ ਅਸੀਂ ਵੱਡੇ ਵੱਡੇ ਸੰਘਰਸ਼ ਜਿੱਤੇ ਆ, ਕਿ ਐਡੀ ਤੁਹਾਡੀ ਈਗੋ ਜਿਹੜੀ, ਐਡੀ ਤੁਹਾਡੀ ਚੌਧਰ ਤੁਹਾਡੇ 'ਤੇ ਭਾਰੂ ਹੋ ਗਈ ਕਿ ਤੁਸੀਂ ਇਹ ਫੈਸਲਾ ਕਰ ਲਿਆ ਵੀ ਜਾਂ ਲੱਖੇ ਨਾਲ ਖੜੋ। ਵਾਲੀ ਆਇਆ, ਉਹ ਇੱਕ ਪ੍ਰਚਾਰਕ ਹੈ, ਕਹਿੰਦੇ ਉਹਨੂੰ ਵੀ ਨਹੀਂ ਬੋਲਣ ਦੇਣਾ। ਕਮਾਲ ਆ ਯਾਰ, ਅਸੀਂ ਫਿਰ ਵੀ ਚੁੱਪ ਰਹੇ। ਮੈਂ ਯਾਰ ਨਹੀਂ, ਤੁਰੇ ਚੱਲੋ ਕੋਈ ਗੱਲ ਨਹੀਂ, ਪਰ ਅੱਜ ਤਾਂ ਇਹਨਾਂ ਨੇ ਜਮ੍ਹਾਂ ਹੱਦ ਪਤਾ ਕਿੱਥੇ ਕੀਤੀ ਆ ਕੇ। ਆਥ ਨੇ ਆਈ ਜੀ ਨਾਲ ਮੀਟਿੰਗ ਸੀਗੀ, ਆ ਹੁਣ ਉੱਥੋਂ ਆਏ ਹਾਂ ਅਸੀਂ ਫਰੀਦਕੋਟੋਂ, SSP ਦਫ਼ਤਰ ਦੇ ਮੂਹਰੋਂ ਉੱਠ ਕੇ। ਆਈ ਜੀ ਇਹਨਾਂ ਨੂੰ ਕਹਿੰਦਾ, ਹਾਂ ਸ਼ੀਨਾ ਆਈ ਜੀ ਹੈ, ਆਈ ਜੀ ਇਹਨਾਂ ਨੂੰ ਕਹਿੰਦਾ ਆਹ ਮੁੰਡਾ ਜਿਹੜਾ ਬੈਠਾ ਬਿਰਤਪਾਲ, ਇਹ ਮੈਂ ਨਾਲ ਭੇਜਤਾ ਸੀਗਾ ਪਰਿਵਾਰ ਦੇ। ਮੈਂ ਤੁਸੀਂ, ਮੈਂ ਨਾਲ ਜਾਵੜਾ, ਮੈਂ ਆਪਾਂ ਤਾਂ ਕਮੇਟੀ 'ਚ ਹੈ ਨਹੀਂ, ਮੈਂ ਤੁਹਾਨੂੰ
ਚੱਲ ਪਿਆ ਚੱਲ ਪਿਆ, ਰੋਕ ਲਾ। ਅੱਜ ਜਿਹੜੀ ਜਿੱਥੋਂ ਮੇਰਾ ਮਨ ਆ ਕੇ ਮੈਂ ਬੋਲਣ ਨੂੰ ਮਜਬੂਰ ਹੋਇਆ ਕਿ ਯਾਰ ਹੁਣ ਇੰਨਾ ਇੰਨੇ ਘਟੀਆ ਮਤਲਬ ਕਿ ਇਹ ਹੇਠਲੇ ਪੱਧਰ ਤੇ ਆ ਜਾਂਦੇ ਆ। ਆਈ ਜੀ ਸ਼ੀਨਾ ਇਹਨਾਂ ਨੂੰ ਕਹਿੰਦਾ, ਕਮੇਟੀ ਬੈਠੀ ਸਾਰੀ ਇਹਨਾਂ ਦੀ 20-21 ਮੈਂਬਰ ਬੈਠੇ ਸੀ। ਆਈ ਜੀ ਕਹਿੰਦਾ ਕਹਿੰਦਾ ਯਾਰ ਤੁਸੀਂ ਤਾਂ ਵਧੀਆ ਸ਼ਾਂਤਮਈ ਆਪਦੀ ਰੈਲੀ ਕਰ ਰਹੇ ਸੀ, ਲੱਖੇ ਨੇ ਖੜ ਪਾਇਆ ਆ ਕੇ। ਲੱਖਾ ਹੀ ਕਹਿੰਦਾ ਸੀ ਮਾਰਚ ਕਰਨਾ, ਉਹ ਉੱਥੋਂ ਚੱਲ ਕੇ ਆਉਂਦਾ ਐਡੀ ਦੂਰੋਂ, ਉਹ ਖਰਾਬ ਕਰਦਾ ਕੰਮ। ਉਹਨੂੰ ਪਤਾ ਕੀ ਕਹਿੰਦੇ, ਇੱਕ ਦਿਨ ਬੰਦਾ ਬੋਲਿਆ ਕਮੇਟੀ ਦਾ ਮੈਂਬਰ, ਕਹਿੰਦਾ ਜੀ ਲੱਖੇ ਦੇ 307 ਦਾ ਪਰਚਾ ਤੁਸੀਂ ਫੜਦੇ ਕਿਉਂ ਨੀ? ਆਹ ਕਰਤੂਤ ਇਹਨਾਂ ਦੀ। ਮੈਂ ਉਸ ਪਰਿਵਾਰ ਨਾਲ ਸੰਘਰਸ਼ 'ਚ ਖੜਾ, ਮੈਂ ਇਹਨਾਂ ਦੇ ਇਸ ਗੱਲ ਦੇ ਬਾਵਜੂਦ ਵੀ ਇਹ ਕਹਿੰਦੇ ਸੀ ਵੀ ਲੱਖਿਆਂ ਤੋਂ ਰੁਪਇਆ ਸਾਡਾ, ਮੈਂ ਫਿਰ ਵੀ ਮੈਂ ਕੋਈ ਨੀ ਯਾਰ ਤੁਸੀਂ ਚੱਲੋ, ਜਿਵੇਂ ਚੱਲਦੇ ਹਾਂ ਤੁਹਾਡੇ ਮਗਰ ਪਹਿਲਾਂ ਤੁਸੀਂ ਦੇਖੋ ਜ਼ੋਰ ਲਾ ਕੇ, ਪਰ ਅਸੀਂ ਆਪਣਾ ਆਪਦਾ ਹਿਸਾਬ ਅਸੀਂ ਦੇਖ ਲਾਂਗੇ ਬਾਅਦ 'ਚ। ਅਸੀਂ ਫਿਰ ਵੀ ਭਰਾਵੋ ਇਹਨਾਂ ਨਾਲ ਐਂਡ ਤੇ ਤੋਂ ਆਹ ਗੱਲ ਆ ਕੇ ਇਹਨਾਂ ਨੇ ਕੀਤੀ ਕਿ ਲੱਖੇ 300 ਦਾ ਪਰਚਾ ਤੁਸੀਂ ਫੜਦੇ ਕਿਉਂ ਨੀ? ਤਾਂ ਆਈ ਜੀ ਪਤਾ ਕੀ ਕਹਿੰਦਾ, ਆਈ ਜੀ ਕਹਿੰਦਾ ਮੇਰੇ ਕੋਲ 4 ਜ਼ਿਲ੍ਹੇ ਹੈ, ਮੋਗਾ, ਫਰੀਦਕੋਟ, ਫਾਜ਼ਿਲਕਾ ਅਤੇ ਫਿਰੋਜ਼ਪੁਰ। ਕਹਿੰਦਾ ਉਹਦੇ ਪਰਚਾ ਹੈਗਾ ਮੁਕਤਸਰ ਜ਼ਿਲ੍ਹੇ ਦਾ, ਕਹਿੰਦਾ ਮੈਨੂੰ ਠੇਕਾ ਨਹੀਂ ਲਿਆ ਸਾਰੇ ਪੰਜਾਬ ਦਾ। ਸੋ ਇਹ ਐਸ ਘਟੀਆ, ਇਹ ਕਹਿੰਦੇ ਅਸੀਂ ਜੀ ਬਹੁਤ ਸੰਘਰਸ਼ਸ਼ੀਲ ਹਾਂ, ਅਸੀਂ ਬੜੇ ਸੰਘਰਸ਼ ਜਿੱਤੇ, ਬੜੇ ਘੋਲ ਜਿੱਤੇ। ਮੈਨੂੰ ਨਹੀਂ ਪਤਾ ਇਹਨਾਂ ਦਾ ਵੀ ਇਹ ਐਡੇ ਕੁ ਇੰਨੀ ਕੁ ਕਮੀਨਗੀ 'ਤੇ ਆ ਜਾਣਗੇ, ਇਸ ਦਰਜੇ ਤੱਕ ਆ ਜਾਣਗੇ। ਤਾਂ ਭਰਾਵੋ ਮੈਂ ਅੱਗੇ ਬੋਲਿਆ, ਮੈਂ ਫਿਰ ਵੀ ਕਹਿਣਾ ਕਿ ਆਪਾਂ ਪਰਿਵਾਰ ਨਾਲ ਖੜਨਾ। ਮੈਂ ਅੱਜ ਵੀ ਹੁਣ ਅਸੀਂ ਪਰਿਵਾਰ ਕੋਲੋਂ ਆਏ ਹਾਂ ਉੱਠ ਕੇ, ਵੀ ਜਦੋਂ ਤੁਸੀਂ ਕੋਈ ਵੀ ਸੱਦਾ ਦੇ ਦਿਓ ਕਿਸੇ ਪ੍ਰਕਾਰ ਦਾ, ਜਿੰਨਾ ਚਿਰ ਤੁਹਾਨੂੰ ਕੋਈ ਤੁਹਾਡੀ ਗੱਲ ਰਾਹ ਨਹੀਂ ਪੈਂਦੀ, ਕੋਈ ਕਿਨਾਰੇ ਨਹੀਂ ਲੱਗਦੀ ਗੱਲ, ਅਸੀਂ ਤੁਹਾਡੇ ਨਾਲ ਜਿਹੜਾ ਮਰਜ਼ੀ ਤੁਹਾਡਾ ਸੱਦਾ ਹੋਊਗਾ ਅਸੀਂ ਉਹ 'ਤੇ ਕਬੂਲ ਕਰਾਂਗੇ। ਅਤੇ ਮੈਂ ਤੁਹਾਨੂੰ ਵੀ ਅਪੀਲ ਕਰਦਾ, ਜਿੱਦੇ ਭਰਾਵੋ ਆਪਾਂ ਕੋਈ ਸੱਦਾ ਦਿੱਤਾ ਪਰਿਵਾਰ ਨੇ, ਆਪਣਾ ਸਾਰਿਆਂ ਦਾ ਫਰਜ਼ ਬਣਦਾ। ਪਰ ਇਹਨਾਂ ਨੇ ਤਾਂ ਯਾਰ ਜਮਾਂ ਹੀ ਅੱਜ ਜਲੂਸ ਕੱਢ ਕੇ ਰੱਖਤਾ। ਸੋ ਤਾਂ ਭਰਾਵੋ ਮੈਂ ਬੋਲਿਆ, ਆ ਕੇ ਬੋਲਿਆ ਉਹ ਵੀ। ਹੁਣ ਮੈਨੂੰ ਪਤਾ ਵੀ ਜੇ ਉੱਥੇ ਚਲੋ ਮੈਨੂੰ ਐਂ ਪੁਲਿਸ ਦੇ ਪੁਲਿਸ ਦਾ ਕੀ ਹੁੰਦਾ, ਉਹਨੇ ਕਹਿਣਾ ਹਾਂ 300 ਦੇ ਵਿੱਚ ਭੱਜਿਆ ਹੋਇਆ ਬੰਦੇ ਦੇ ਪਰਚਾ ਫੜ ਲਓ, ਫੜ ਹੀ ਲੈਣਾ, ਹੋ ਸਕਦਾ ਫੜਾ ਹੀ ਦੇਣ, ਹੋ ਸਕਦਾ ਇੱਕ ਦਿਨ 'ਚ ਫੜਾ ਵੀ ਸਕਦੇ ਆ। ਇਹ ਇਸ ਹੱਦ ਚੱਕ ਜਾਂਦੇ ਆ ਇਹ। ਇਹ ਕਹਿ ਰਹੇ ਜੀ ਇਹ ਮਸ਼ਹੂਰ ਹੋਣ ਨੂੰ ਫਿਰਦਾ ਜੀ, ਇਹ ਫਲਾਨਾ ਹੋਣ ਨੂੰ ਫਿਰਦਾ ਜੀ, ਇਹ ਇਹ ਐਂ ਕਰਦਾ, ਇਹ ਖੱਲ ਪਾਉਂਦਾ। ਉੱਥੇ ਇਹਨਾਂ ਦੀ ਕੁੜੀ ਬੋਲੀ ਇੱਕ ਕੱਲ੍ਹ ਸਟੇਜ 'ਤੇ, ਕਹਿੰਦੀ ਇਹ ਗੁੰਡਾ ਕਰਦੇ ਜੀ ਕਰਦੇ ਆ, ਅਤੇ ਸਾਰੇ ਨੌਜਵਾਨ ਖੜ੍ਹੇ ਸੀ। ਆਹ ਦੇਖ ਲਓ ਇਹਨਾਂ ਦੀਆਂ ਕਰਤੂਤਾਂ, ਦੇਖੋ ਤੁਸੀਂ ਆਹ ਸ਼ਬਦ ਬੋਲਣ ਵਾਲੇ ਸੀ, ਜਿੱਥੇ ਰੌਲਾ ਪਾਉਣਾ ਸੀ ਉੱਥੇ ਪਾ ਸਕਦੇ ਰੌਲਾ ਤਾਂ ਫਿਰ ਸੀ। ਕਿੱਥੋਂ ਕਿੱਥੋਂ ਦਾ ਮੁੰਡੇ ਚੱਲ ਕੇ ਉਸ ਪਰਿਵਾਰ ਨਾਲ ਹਮਦਰਦੀ ਕਰਕੇ ਆਏ ਹੈ, ਅਤੇ ਬੁੱਚੜ ਪੁਲਿਸ ਦੇ ਖਿਲਾਫ ਆਏ ਸੀਗੇ ਜਿਨ੍ਹਾਂ ਨੇ ਆਹ ਕਾਰਾ ਕੀਤਾ, ਉਹ ਵੀ ਸਾਨੂੰ ਇਹੋ ਜਿਹੀਆਂ ਪਿਰਤਾਂ ਨਾ ਪੈਣ, ਇਹੋ ਜਿਹੇ ਕਾਂਡ ਨਾ ਹੋਣ, ਨਾ ਕੋਈ ਹੋਰ ਨੌਜਵਾਨ ਮਾਰਿਆ ਜਾਵੇ। ਸੋ ਆ ਕੇ ਭਰਾਵੋ ਤਾਂ ਇਸ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਮੈਂ। ਆ ਜਿੱਦੇ ਹੋਰ ਬਥੇਰੀਆਂ ਗੱਲਾਂ ਨੇ, ਮੈਨੂੰ ਐਂ ਵੀ ਘੋਲ ਸਿਰੇ ਲੱਗ ਜੇ ਕੋਈ ਗੱਲ ਨਹੀਂ, ਹੋਰ ਵੀ ਆਹ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਦੱਸੀਆਂ, ਜਿੰਨੇ ਇਹ ਸੀਗੇ ਨਾ ਐਕਸ਼ਨ ਕਮੇਟੀ ਦੇ 20-21 ਮੈਂਬਰ ਬਿਠਾ ਕੇ, ਜੇ ਇਹਨਾਂ ਦੀ ਹਿੰਮਤ ਆ ਮੇਰੇ ਨਾਲ ਗੱਲ ਕਰਨ ਵੀ ਕੀ ਇਹਨਾਂ ਨੇ ਅੱਜ ਆਈ ਜੀ ਨੂੰ ਕਿਹਾ ਨਹੀਂ ਵੀ ਲੱਖੇ ਨੂੰ ਫੜੋ 300 ਦਾ ਪਰਚਾ, ਆਹ ਬੰਦਾ ਮੌਜੂਦ ਆ ਮੇਰਾ ਉੱਥੇ ਨਾਲ ਬੈਠਾ। ਹਾਂ ਭਰਾਵੋ ਆਪਾਂ ਕਹਿ ਦਿੰਦੇ ਹਾਂ ਸੰਘਰਸ਼ ਫੇਲ ਹੋ ਜਾਂਦੇ ਆ, ਲੋਕ ਨਹੀਂ ਮਾੜੇ ਲੋਕ ਸਾਥ ਦਿੰਦੇ ਆ। ਕੱਲ੍ਹ 10,000 ਤੋਂ ਉੱਤੇ ਬੰਦੇ ਦਾ ਕੱਟ ਸੀ, ਇਹੋ ਜਿਹੇ ਲੋਕਾਂ ਕਰਕੇ ਸੰਘਰਸ਼ ਫੇਲ ਹੁੰਦੇ ਆ। ਜਿਹੜਾ ਮੈਨੂੰ ਕਹਿੰਦੇ ਨਾ ਸੰਘਰਸ਼ ਨੂੰ ਤਾਰ ਪਿੰਡੋ ਕਰਦਾ, ਇੱਕ ਬਰਬਾਦ ਕਰਦਾ, ਸੰਘਰਸ਼ ਨੂੰ ਖਰਾਬ ਕਰਦਾ, ਖਲ ਪਾਉਂਦਾ, ਜਾਣ ਬੁੱਝ ਕੇ ਕਰਦਾ। ਆਹ ਲੋਕਾਂ ਮੇਰੀ ਕਿਸੇ ਵੀ ਗੱਲ ਦਾ ਇਹਨਾਂ ਕੋਲ ਜੇ ਐਵੇਂ ਇਹਨਾਂ ਨੇ ਮਾਰਨੀਆਂ ਨਾ, ਇਹ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਹੁੰਦੇ ਆ ਕਿ ਅਸੀਂ ਬਾਹਲੇ ਦੁਨੀਆਂ ਦੇ ਅਸੀਂ ਸਭ ਤੋਂ ਸਿਆਣੇ ਜ਼ਿਆਦੇ ਹਾਂ। 2-4 ਕਿਤਾਬਾਂ ਪੜ੍ਹਦੇ ਇਹਨਾਂ ਨੂੰ ਐਂ ਲੱਗਦਾ ਹੁੰਦਾ ਵੀ ਦੁਨੀਆਂ ਸਾਡੇ ਵਾਰ 'ਚ ਲੈ ਜਾਂਦੀ ਹੁੰਦੀ।